ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਮੈਂ ਅੱਜ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਸੂਚਨਾ ਜਿਹੜੀ ਹੈ ਸਾਂਝੀ ਕਰਨੀ ਹੈ ਇੱਕ ਇਨਫਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਅਸੀਂ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਵੱਲੋਂ ਲਿਖਿਆ ਸੀ ਚਿੱਠੀ ਲਿਖੀ ਸੀ ਬਕਾਇਦਾ ਮਹਿਕਮੇ ਨੂੰ ਕਿ ਆਉਣ ਵਾਲੇ ਝੋਨੇ ਦਾ ਜਿਹੜਾ ਸੀਜ਼ਨ ਹੈ ਉਹਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਦਾ ਜਿਹੜਾ ਮਸਲਾ ਹੈ ਉਹਦੇ 'ਚ ਸਾਡੀ ਸਹਾਇਤਾ ਕੀਤੀ ਜਾਵੇ ਹੈਲਪ ਕੀਤੀ ਜਾਵੇ ਕਿ 1500 ਰੁਪਏ ਪਰ ਇਕੜ ਜੇ ਸਾਨੂੰ ਸੈਂਟਰ ਦੇ ਦੇ ਤਾਂ ਅਸੀਂ 500 ਰੁਪਏ ਪਰ ਇਕੜ ਪੰਜਾਬ ਸਰਕਾਰ ਵੱਲੋਂ ਤੇ 500 ਪਰ ਇਕੜ ਦਿੱਲੀ ਵੱਲੋਂ ਦਿੱਲੀ ਸਰਕਾਰ ਵੱਲੋਂ ਅਸੀਂ ਐਡ ਕਰਕੇ 2500 ਰੁਪਏ ਪਰ ਇਕੜ ਦੇ ਹਿਸਾਬ ਨਾਲ ਕਿਸਾਨਾਂ ਨਾਲ ਗੱਲ ਕਰਕੇ ਪਰ ਆਲੀ ਨਾਂ ਜਲਾਉਣ ਦਾ ਜਿਹੜਾ ਉਹ ਵਿੱਤੀ ਸਹਾਇਤਾ ਦੇ ਦਾਂਗੇ ਪਰ ਕੇਂਦਰ ਸਰਕਾਰ ਨੇ ਸਾਡੀ ਇਹ ਜਿਹੜੀ ਮੰਗ ਹੈ ਉਠ ਘਰਾਤੀ ਹੈ ਕੋਈ ਗੱਲ ਨਹੀਂ ਜੇ ਸੈਂਟਰ ਸਰਕਾਰ ਨਹੀਂ ਸਾਥ ਦੇ ਰਹੀ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਹੱਥ ਤੇ ਹੱਤ ੜ ਕੇ ਬੈਠੇ ਰਹਾਂਗੇ ਪੰਜਾਬ ਸਰਕਾਰ ਵੱਲੋਂ ਅਸੀਂ ਹਰ ਹੀਲਾ ਵਰਤਾਂਗੇ ਕਿ ਵੱਧ ਤੋਂ ਵੱਧ ਕਿਸਾਨਾਂ ਤੱਕ ਇਨਫੋਰਮੇਸ਼ਨ ਕਿਸਾਨਾਂ ਤੱਕ ਇਹ ਸੁਨੇਹਾ ਪਹੁੰਚਾਇਆ ਜਾਵੇ ਕਿ ਆਪਾਂ ਪਰਾਲੀ ਨੂੰ ਅੱਗ ਨਹੀਂ ਲਾਉਣੀ। ਉਹਦੇ ਵਾਸਤੇ ਮੈਂ ਸਾਰੇ ਅਫਸਰਾਂ ਨੂੰ ਬੋਲ ਦਿੱਤਾ ਹੈ ਕਿ ਕੋਈ ਨਾ ਕੋਈ ਹੋਰ ਆਈਡੀਆ ਦੱਸੋ ਕਿ ਆਪਾਂ ਪਰਾਲੀ ਨੂੰ ਜਿਹੜਾ ਉਹ ਖਤਮ ਕਰ ਸਕੀਏ ਤੇ ਵੱਧ ਤੋਂ ਵੱਧ ਜਿਹੜੇ ਕਿਸਾਨ ਨੇ ਉਹਨਾਂ ਨੂੰ ਇਹ ਪ੍ਰੇਰਿਤ ਕਰ ਸਕੀਏ ਕਿ ਪਰਾਲੀ ਨੂੰ ਅੱਗ ਨਹੀਂ ਲਾਉਣੀ। ਕੁਝ ਅੰਕੜੇ ਨੇ ਮੇਰੇ ਕੋਲੇ 75 ਲੱਖ ਏਕੜ ਦੇ ਲਗਭਗ ਝੋਨਾ ਜਿਹੜਾ ਉਹ ਪੰਜਾਬ ਦੇ ਵਿੱਚ ਬੀਜਿਆ ਗਿਆ ਹੈ। ਜਿਦੇ ਚੋਂ ਲਗਭਗ 37 ਲੱਖ ਏਕੜ ਜਿਹੜਾ ਝੋਨਾ ਹੈ ਉਹਦੇ ਤੇ ਪਹਿਲੇ ਹੀ ਜਿਹੜੇ ਕਿਸਾਨ ਨੇ ਉਹ ਆਪਣੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਜਾਂ ਤਾਂ ਉਹ ਮਸ਼ੀਨਾਂ ਵਰਤਦੇ ਨੇ ਜਾਂ ਕੋਈ ਹੋਰ ਤਰੀਕੇ ਵਰਤਦੇ ਨੇ ਕਿ ਉਹ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਤਾਂ ਜਿਹੜੇ 38 ਲੱਖ 39 ਲੱਖ ਜਿਹੜੇ ਰਹਿ ਗਏ ਉਹਨਾਂ ਵਾਸਤੇ ਅਸੀਂ ਇਸ ਵਾਰ ਇੱਕ ਹੋਰ ਪ੍ਰਬੰਧ ਕਰਨ ਬਾਰੇ ਸੋਚ ਰਹੇ ਹਾਂ ਕਿ ਆਪਾਂ ਮਸ਼ੀਨਾਂ ਹੀ ਇੰਨੇ ਵੱਡੇ ਪੱਧਰ ਤੇ ਦੇਈਏ ਕਿ ਉਹ ਜਿਹੜੀ ਪਰਾਲੀ ਹੈ ਉਹਨੂੰ ਖਤਮ ਕਰ ਦਿੱਤਾ ਜਾਵੇ ਤਾਂ ਸਾਡੇ ਕੋਲ 1,05,000 ਮਸ਼ੀਨ ਜਿਹੜੀ ਹੈ ਉਹ ਅਵੇਲੇਬਲ ਹੋ ਜਾਊਗੀ 1,05,000 ਇੱਕ ਮਸ਼ੀਨ ਜਿਹੜੀ ਹੈ ਉਹ ਇੱਕ ਦਿਨ ਦੇ ਵਿੱਚ 5 ਤੋਂ 6 ਏਕੜ ਪਰਾਲੀ ਜਿਹੜੀ ਹੈ ਉਹਦਾ ਖਾਤਮਾ ਕਰ ਦਿੰਦੀ ਹੈ ਜੇ ਇਹ ਮਸ਼ੀਨ 8 ਤੋਂ 10 ਦਿਨ ਚੱਲੇ ਤਾਂ ਲਾ ਲਓ 40 ਤੋਂ 50 ਏਕੜ ਜਿਹੜਾ ਇੱਕ ਮਸ਼ੀਨ ਜਿਹੜੀ ਆ ਉਹ 8 ਤੋਂ 10 ਦਿਨਾਂ ਦੇ ਵਿੱਚ ਪਰਾਲੀ ਜਿਹੜੀ ਹੈ ਉਹਦਾ ਖਾਤਮਾ ਕਰ ਸਕਦੀ ਹੈ ਤੇ ਜੇ 1 ਲੱਖ ਮਸ਼ੀਨ ਚੱਲਦੀ ਹੈ ਜਾਂ 1 ਲੱਖ 5000 ਚੱਲਦੀ ਹੈ ਤਾਂ 40 ਲੱਖ ਏਕੜ ਜਿਹੜਾ ਉਹ ਇਹਨਾਂ ਮਸ਼ੀਨਾਂ ਨਾਲ ਜਿਹੜੀਆਂ ਤੁਹਾਨੂੰ ਅਸੀਂ ਪ੍ਰੋਵਾਈਡ ਕਰਾਵਾਂਗੇ ਉਹਦੇ ਨਾਲ ਪਰਾਲੀ ਦਾ ਖਾਤਮਾ ਹੋ ਜਾਊਗਾ ਜੇ ਅਸੀਂ ਪੂਰਾ ਸਹੀ ਵਰਤੋਂ ਕਰੀਏ ਤੇ ਆਪਣੀ ਪੂਰੀ ਸਮਰੱਥਾ ਤੇ ਮਸ਼ੀਨਾਂ ਨੂੰ ਚਲਾਈਏ ਜਾਨੀ ਕਿ 8:00 ਵਜੇ 15 ਦਿਨ ਚਲਾ ਲੀਏ ਤਾਂ ਤੁਸੀਂ ਇਹ ਲਾ ਲੋਗੇ ਲਗਭਗ 96-97% ਮੈਂ ਨਹੀਂ ਕਹਿੰਦਾ ਕਿ 100% ਹੀ ਹੋ ਜਾਊਗਾ 96-97% ਚੋਂ ਨੇ ਦਾ ਜਿਹੜਾ ਰਕਵ ਹੈ ਉਹਦੇ ਚੋਂ ਪਰਾਲੀ ਦਾ ਖਾਤਮਾ ਕੀਤਾ ਜਾ ਸਕਦਾ ਸੋ ਅਸੀਂ ਇਹਦੇ ਤੇ ਵਿਚਾਰ ਕਰ ਰਹੇ ਹਾਂ ਮੈਂ ਅਫਸਰਾਂ ਦੀ ਡਿਊਟੀ ਲਾਈ ਹੈ ਕਿ ਆਪਾਂ ਕਿਸ ਤਰੀਕੇ ਨਾਲ ਜਿਹੜਾ ਉਹ ਮਸ਼ੀਨ ਝੋਨਾ ਕਿਉਂਕਿ ਝੋਨੇ ਤੋਂ ਬਾਅਦ ਨਾਲ ਹੀ ਅਸੀਂ ਕਣਕ ਬੀਜਣੀ ਹੁੰਦੀ ਹੈ ਉਹ ਕਣਕ ਦੇ ਜਿਹੜੇ ਬੀਜਣ ਦੇ ਸਮਾਂ ਨਾ ਲੰਘੇ ਲੇਟ ਨਾ ਹੋਵੇ ਉਹ ਤੋਂ ਪਹਿਲਾਂ-ਪਹਿਲਾਂ ਮਸ਼ੀਨਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਮਿਲ ਜਾਣ ਇਹਦੇ ਬਾਰੇ ਮੈਂ ਕੁਝ ਪਲੈਨਿੰਗਸ ਬਣਾਉਣ ਲਈ ਆਖ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਕੁਝ ਹੋਰ ਜਾਣਕਾਰੀ ਡਿਟੇਲ ਸਹਿਤ ਇਸ ਸਬੰਧ ਦੇ ਵਿੱਚ ਸਾਂਝੀ ਕਰੂੰਗਾ ਤੇ ਪੰਜਾਬ ਦੀ ਆਬੋ ਹਵਾ ਬਚਾਉਣਾ ਸਾਡਾ ਫਰਜ਼ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸੋ ਪਵਨ ਜਿਹੜੀ ਹੈ ਹਵਾ ਹਵਾਨੂ ਗੁਰੂ ਦਾ ਦਰਜਾ ਸਾਡੇ ਗੁਰੂਆਂ ਨੇ ਦਿੱਤਾ ਹੈ ਤੇ ਇਸ ਦਰਜੇ ਨੂੰ ਬਚਾਉਣ ਲਈ ਅਸੀਂ ਹਰ ਹਿੱਲਾ ਵਰਤਾਂਗੇ ਔਰ ਤੁਹਾਡੇ ਸਹਿਯੋਗ ਦੀ ਲੋੜ ਹੈ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ